ਰੋਟਰੀ ਕਲੱਬ ਦੇ ਇੰਸਟਾਲੇਸ਼ਨ ਫੰਕਸ਼ਨ ਵਿੱਚ। ਆ ਬੜੀ ਹੀ ਖੁਸ਼ੀ ਦੀ ਗੱਲ ਹੈ, ਪਾਕਿਸਤਾਨ ਤੋਂ ਇੱਕ ਮਹਿਮਾਨ ਆਏ ਨੇ ਰੋਟਰੀ ਕਲੱਬ ਦੇ ਫੰਕਸ਼ਨ ਨੂੰ ਅਟੈਂਡ ਕਰਨ ਲਈ। ਖਾਸ ਤੌਰ 'ਤੇ ਉਹਨਾਂ ਦਾ ਮੈਂ ਸਵਾਗਤ ਕਰਦਾ ਹਾਂ ਅਤੇ ਤੁਹਾਡੇ ਲਈ ਮੁਲਾਕਾਤ ਲਈ ਪੇਸ਼ ਕਰਦਾ ਹਾਂ। ਹਾਂਜੀ, ਤੁਹਾਡਾ ਨਾਮ ਕੀ? ਸ਼ੇਖ ਫਾਰੂਕ ਅਹਿਮਦ। ਤੁਸੀਂ ਖੰਨੇ ਸਪੈਸ਼ਲ ਇਸੇ ਫੰਕਸ਼ਨ ਨੂੰ ਅਟੈਂਡ ਕਰਨ ਲਈ ਆਏ ਹਾਂ? ਹਾਂਜੀ, ਪੰਕਜ ਘਈ ਇਹ ਸਾਡੇ ਦੋਸਤ ਨੇ, ਸਾਡੇ ਫੈਮਿਲੀ ਫਰੈਂਡ ਨੇ, ਸੰਜੇ ਘਈ ਜੀ, ਸੁਨੀਲ ਟੰਡਨ ਜੀ। ਖੰਡੇ ਮੈਂ ਪਹਿਲੇ ਵੀ ਇੱਕ ਦੋ ਦਫਾ ਆਇਆ ਅਤੇ ਪੰਕਜ ਭਾਈ ਨੇ ਇਹਨਾਂ ਨੇ ਦਾਵਤ ਦਿੱਤੀ ਸੀ ਵੀ ਅੱਜ ਇੰਸਟਾਲੇਸ਼ਨ ਸੈਰਮਨੀ 'ਚ ਤੁਸੀਂ ਲਾਜ਼ਮੀ ਆਉਣਾ ਅਤੇ ਮੈਂ ਅੱਜ ਹੀ ਪਹੁੰਚਿਆ 5 ਵਜੇ ਵਿਦ ਮਾਈ ਫੈਮਿਲੀ। ਔਰ ਇਹ ਰੋਟਰੀ ਦਾ ਫੰਕਸ਼ਨ ਜਿਹੜਾ ਅੱਜ ਹੋਇਆ, ਔਰ ਮੇਰੀ ਦੁਆ ਹੈ ਕਿ ਬਈ ਇਹਨਾਂ ਨੂੰ, ਤੁਹਾਡੇ ਰੋਟੇਰੀਅਨ ਸਾਰਿਆਂ ਨੂੰ ਔਰ ਕਈ ਸਾਹਿਬ ਨੂੰ, ਇਹਨਾਂ ਦਾ ਜਿਹੜਾ ਦੌਰ ਹੈ ਬੜਾ ਕਾਮਯਾਬ ਜਾਵੇ। ਪਾਕਿਸਤਾਨ 'ਚ ਕੀ ਕਾਰੋਬਾਰ ਕਰਦੇ? ਪਾਕਿਸਤਾਨ 'ਚ ਸਾਡਾ ਟੈਕਸਟਾਈਲ ਬਿਜ਼ਨਸ ਹੈ ਜੀ। ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਖੰਨੇ ਆ ਕੇ? ਖੰਨੇ ਤਾਂ ਮੇਰਾ ਸ਼ਹਿਰ ਹੈ, ਖੰਨੇ ਤਾਂ ਮੈਂ ਤਾਂ ਇੱਥੇ ਕਿਸ ਸ਼ਹਿਰ 'ਚ? ਮੈਂ ਇੱਥੇ ਮੁਲਤਾਨ ਰਹਿੰਦਾ ਜੀ। ਮੁਲਤਾਨ? ਹਾਂਜੀ। ਔਰ ਮਤਲਬ ਹੈ ਸਾਨੂੰ ਤਾਂ ਕੋਈ, ਜੋ ਮੀਡੀਆ ਦੱਸਦਾ ਸਾਨੂੰ ਤਾਂ ਕੋਈ ਮਹਿਸੂਸ ਨਹੀਂ ਹੁੰਦਾ ਇੱਥੇ, ਇੱਦਾਂ ਹੀ ਹੈ ਜਿਵੇਂ ਅਸੀਂ ਲਾਹੌਰ ਫਿਰ ਰਹੇ ਹਾਂ। ਇੱਕੋ ਕਲਚਰ ਹੈ, ਇੱਕੋ ਜ਼ਬਾਨ ਹੈ, ਇੱਕੋ ਲੋਕ ਨੇ, ਇੱਕੋ ਗੋਤਾ ਨੇ, ਕੋਈ ਫਰਕ ਨਹੀਂ ਹੈ। ਅੱਜ ਮੈਂ ਰੋਟਰੀ ਦੇ ਫੰਕਸ਼ਨ 'ਚ ਇੱਥੇ ਆ ਕੇ ਮੈਨੂੰ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ, ਔਰ ਮੇਰੀ ਖਾਹਿਸ਼ ਹੈ ਔਰ ਮੇਰੀ ਦੁਆ ਹੈ ਕਿ ਖੰਨੇ ਦਾ ਰੋਟਰੀ ਕਲੱਬ ਇਹ ਬਹੁਤ ਜ਼ਿਆਦਾ ਅੱਗੇ ਤਰੱਕੀ ਕਰੇ। ਬਹੁਤ ਬਹੁਤ ਸ਼ੁਕਰੀਆ।